ओके व्यक्ति भी आ गया कल को आ गया अभी ऑन कर दे सही है तेरी फ्लैश पैन जो खराब है ताजी साड़ी हूँ मैं करांगा पंजाबी से गल साड़ी पूरी टीम जी है इस टाइम अलहमदुलिल्लाह पहुंच चुकी है और साढ़े कैमरामैन साहब इन्हां दा भी तारफ करवा दे भी ये भी किसे तारफ मोहम्मद यासीन साहब साढ़े कैमरामैन ने बहुत अच्छे ने अलहमदुलिल्लाह इन्हूं नाल असीं लै के टुरने आ हां जी जदों फ्री होण बाकी जदों बिजी होण उदों फिर घट वध ही आंदे ने साडे नाल भाई अली जिहड़े हैगे ने मसाला कट रहे ने ते मैं जनाब गोश्त धो रहा ताकि जल्दी जल्दी असीं जिहड़ा है ना हां जी यासीन अग वाले लगे ने हुण ਤੁਸੀਂ ਪੂਰੀ ਵੀਡੀਓ ਇਨਸ਼ਾਅੱਲਾ ਵੇਖਣਾ ਤੁਹਾਨੂੰ ਚਸ ਵੀ ਆਏਗੀ ਤੇ ਨਾਲ ਮਜ਼ਾ ਵੀ ਆਏਗਾ ਡਬਲ ਡਬਲ ਆਉਣਗੇ ਚੀਜ਼ਾਂ ਘਰਾਂ ਦੇ ਵਿੱਚ ਤਾਂ ਹਰ ਕੋਈ ਖਾਣੇ ਖਾਂਦਾ ਹੈ ਹਾਂਜੀ ਅੱਜ ਇਨਸ਼ਾਅੱਲਾ ਤੁਹਾਨੂੰ ਬਾਹਰ ਦਾ ਵਿਜ਼ਿਟ ਕਰਾ ਕੇ ਖਾਣਾ ਖਵਾਉਂਦੇ ਹਾਂ ਹੋਟਲਾਂ ਦੇ ਵਿੱਚ ਵੀ ਇੰਨਾ ਜ਼ਿਆਦਾ ਮਜ਼ਾ ਨਹੀਂ ਜਿੰਨਾ ਮਜ਼ਾ ਹੈਗਾ ਆਪਣੇ ਹੱਥ ਦੇ ਨਾਲ ਇੱਕ ਚੀਜ਼ ਤਿਆਰ ਕਰਨੀ ਆਹ ਇਹਨੂੰ ਥੋੜ੍ਹੀ ਦੇਰ ਤੱਕ ਤੁਸੀਂ ਕੜਾਈ ਦੇ ਵਿੱਚ ਪਾਓਗੇ ਬੜੀ ਜ਼ਿਆਦਾ ਪਿਆਰੀ ਕੜਾਈ ਹੋਏਗੀ ਸਾਡਾ ਇੱਕ ਕਲਾਸ ਫੈਲੋ ਹੈਗਾ ਹਾਫਜ਼ ਕੀ ਨਾਮ ਹੈ ਉਹਦਾ ਹਾਫਜ਼ ਜਿਬਰਾਨ ਸਾਹਿਬ ਉਹਨਾਂ ਨੂੰ ਅਸੀਂ ਤਿਆਰ ਹੋ ਕੇ ਇਨਸ਼ਾਅੱਲਾ ਫਿਰ ਕਾਲ ਕਰਾਂਗੇ ਨਾਲ ਉਹਨੂੰ ਕਹਾ ਕੇ ਬੋਤਲ ਛੋਤਲ ਵੀ ਲਈ ਜਾਵੇ ਪਤਾ ਨਹੀਂ ਆਉਂਦਾ ਵੀ ਹੈ ਕਿ ਨਹੀਂ ਬਾਕੀ ਜ਼ਿਕਰ ਉਹਦਾ ਕਰਤਾ ਅਸੀਂ ਵੀਡੀਓ 'ਚ ਹਾਂਜੀ ਸਾਡੇ ਉਹ ਵੀ ਬੜੇ ਮੋਹਤਰਮ ਪਿਆਰੇ ਭਾਈ ਹੈਗੇ ਨੇ ਉਹਨਾਂ ਨੂੰ ਵੀ ਇਨਵਾਈਟਡ ਕੀਤਾ ਹੋਇਆ ਪਤਾ ਨਹੀਂ ਹੁਣ ਆਉਣਗੇ ਜਾਂ ਨਾ ਆਉਣਗੇ ਉਹਨਾਂ ਦੀ ਦਿਲ ਦੀ ਮਰਜ਼ੀ ਲੇਕਿਨ ਸਾਡਾ ਜਿਹੜਾ ਕੰਮ ਸੀ ਉਹ ਅਸੀਂ ਕਰ ਦਿੱਤਾ ਹੈਗਾ ਲਓ ਸਰ ਗੋਸ਼ਤ ਹੋ ਗਿਆ ਜੇ ਸਾਫ ਨਹੀਂ ਨਹੀਂ ਸਾਫ ਨਹੀਂ ਹੋਇਆ ਜੇ ਨਾ ਜ਼ਿਆਦਾ ਨਾ ਨਾ ਪਾਣੀ ਵਿੱਚ ਕੜੀਏ ਯਾਸੀਨ ਦੇ ਸੈਟ ਲਾ ਕੇ ਰਹੀਏ ਤੁਸੀਂ ਬਾਰ ਬਾਰ ਕੈਮਰੇ ਵੱਲ ਨਾ ਵੇਖੋ ਉਹਦੇ ਕੰਮ ਨੂੰ ਜਾ ਕੈਮਰਾਮੈਨ ਨਾ ਸਾਜੀ ਕੰਮ ਦੀ ਗੱਲ ਕੀਤੀ ਕਿੱਧਰ ਨਹੀਂ ਤੈਨੂੰ ਉੱਥੇ ਅਸੀਂ ਜਾਣਾ ਸੀ ਅੱਲਾ ਦੇ ਬੰਦੇ ਹੀਰ ਰਾਂਝੇ ਤੂੰ ਸਾਨੂੰ ਯਾਦ ਨਹੀਂ ਰਿਹਾ ਨਹੀਂ ਇਹਨੇ ਕਰਨਾ ਹੀ ਨਹੀਂ ਸੀ ਉਹਨੇ ਲੋ ਜਨਾਬ ਗੋਸ਼ਤ ਸਾਡਾ ਟੁੱਟ ਗਿਆ ਤੇ ਅਲੀ ਬਾਈ ਜਿਹੜੇ ਨੇ ਉਹ ਮਸਾਲਾ ਤਿਆਰ ਕਰਦੇ ਪਏ ਨੇ ਤੇ ਜਲਦੀ ਜਲਦੀ ਹੁਣ ਬਸ ਮਸਾਲੇ ਦੀ ਦੇਰ ਹੈਗੀ ਹੈ ਤਾਂ ਕਿ ਅਸੀਂ ਇੱਕ ਲਜ਼ੀਜ਼ ਜੀ ਕੜਾਈ ਤਿਆਰ ਕਰੀਏ ਤੇ ਉਹਨੂੰ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਖਾਈਏ ਔਰ ਫਿਰ ਤੁਹਾਨੂੰ ਅਸੀਂ ਇਹ ਬੰਗਲਾ ਜਿਹੜਾ ਹੈਗਾ ਵਿਜ਼ਿਟ ਕਰਾਈਏ ਅੱਜ ਤਾਂ ਬੜਾ ਹੀ ਵਲੌਗ ਚੰਗਾ ਹੋਣ ਵਾਲਾ ਹੈ ਮੇਰੇ ਯਾਰੋ ਦੋਸਤੋ ਨਹੀਂ ਨਹੀਂ ਬਾਕੀ ਫੁੱਲ ਇੰਜੋਏ ਕਰਿਆ ਜੀ ਨਾਲ ਅਸੀਂ ਵੀ ਇੰਜੋਏ ਕਰ ਰਹੇ ਹਾਂ ਬਾਕੀ ਤੁਸੀਂ ਵੇਖਣੀ ਹੈ ਕੜਾਈ ਖਾਣੀ ਤਾਂ ਤੁਸੀਂ ਕੀ ਹੈ ਬਾਕੀ ਜਦੋਂ ਖਾਣੀ ਹੋਵੇ ਜ਼ਰੂਰ ਸਾਡੇ ਨਾਲ ਰਾਬਤਾ ਕਰਨਾ ਇਨਸ਼ਾਅੱਲਾ ਇਸੇ ਜਗ੍ਹਾ 'ਤੇ ਤੁਹਾਨੂੰ ਕੜਾਈ ਬਣਾ ਕੇ ਖਵਾਵਾਂਗੇ ਅਦੇਲ ਭਾਈ ਮਗਰ ਅੱਗ ਵਾਲ ਰਹੇ ਨੇ ਸਾਡੇ ਪ੍ਰੈਸ ਰਿਪੋਰਟਰ ਵੀ ਨੇ ਮਾਸ਼ਾਅੱਲਾ ਤੇ ਬਾਕੀ ਨਾਲ ਸਾਡੇ ਨਾਲ ਕੁੱਕ ਵੀ ਨੇ ਨਾਲੇ ਯੂਟਿਊਬਰ ਵੀ ਨੇ ਮਾੜੇ ਮੋਟੇ ਮੇਰੇ ਵਰਗੇ ਨੇ ਸਾਰੇ ਮਾੜੇ ਮੋਟੇ ਕਿਆ ਹਾਲ ਸਭ ਤੋਂ ਜ਼ਿਆਦਾ ਜਿਹੜੀ ਇੱਕ ਖੂਬਸੂਰਤ ਅਤੇ ਪਿਆਰੀ ਗੱਲ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਮੇਰੇ ਉਸਤਾਦੇ ਮੋਹਤਰਮ ਹੈਗੇ ਨੇ ਮਤਲਬ ਕਿ ਕੁਕਿੰਗ ਦਾ ਕੰਮ ਜਿਨ੍ਹਾਂ ਨੇ ਮੈਨੂੰ ਸਿਖਾਇਆ ਹੈਗਾ ਕਿਸੇ ਤਾਰਫ ਦੇ ਮੁਤਾਜ ਨਹੀਂ ਹੈਗੇ ਸੈਯਦ ਫਖਰ ਇਮਾਮ ਗਿਲਾਨੀ ਸਾਹਿਬ ਹੈਗੇ ਨੇ ਮੇਰੇ ਉਸਤਾਦੇ ਮੋਹਤਰਮ ਜਿਨ੍ਹਾਂ ਨੇ ਮੈਨੂੰ ਕੁਕਿੰਗ ਦਾ ਵੱਲ ਸਿਖਾਇਆ ਅਤੇ ਉਹਨਾਂ ਨੇ ਸਿਰਫ ਇੱਕ ਹੀ ਗੱਲ ਸਮਝਾਈ ਸੀ ਉਹਨਾਂ ਕਿਹਾ ਕਿ ਜਿੱਥੇ ਮਰਜ਼ੀ ਕੁਕਿੰਗ ਕਰ ਲੇਕਿਨ ਤੇਰੇ ਹੱਥ ਦੇ ਵਿੱਚ ਜਿਹੜਾ ਨਾ ਐਸਾ ਜ਼ਾਇਕਾ ਹੋਣਾ ਚਾਹੀਦਾ ਕਿ ਖਾਣ ਵਾਲਾ ਵੀ ਤਾਰੀਫਾਂ ਕਰੇ ਇਸ ਵਾਸਤੇ ਮੈਂ ਅੱਜ ਖਸੂਸੀ ਜਿਹੜਾ ਹੈਗਾ ਆਪਣੇ ਉਸਤਾਦੇ ਮੋਹਤਰਮ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਕਿਧਰੇ ਵੀ ਬਹਿ ਕੇ
बड़ी ही शानदार कढ़ाई तैयार कर सकना। तुहानू अगे वह भी दिखावांगा कि किवें तैयार होंदी है और एंड ते किस तरीके वो नज़र आती है। नहीं नहीं झूठ मारदा है, इन बेगम ने लाया है, वेख हुण झूठ मारदा तुहानू। अज घरे जा के पकाया, मैं फोन किया वा इन जान लग्या, कहिंदा यार मैं घरे सालन बना के आ गया। नहीं नहीं सही है सही है। लाइयो छापर है ना यार, नहीं नहीं ਸਾਡੇ ਅਦੀਲ ਸਾਹਿਬ ਕੋਲੋਂ ਅਜੇ ਅੱਗ ਨਹੀਂ ਬਾਲ ਰਹੀ, ਬੜੀ ਦੇਰ ਹੋ ਗਈ। ਨਹੀਂ ਜਨਾਬ ਆਗੂ ਘਬਲ ਗਈ ਹੈ, ਸਭ ਤਿਆਰ ਹੈ, ਹੁਣ ਮੈਂ ਚਲੋ ਆਓ ਤੁਹਾਨੂੰ ਦਿਖਾਣਾ। ਉਸਤਾਦ ਜੀ ਇਹ ਤਕਰੀਬਨ ਹੋ ਜਾਣਾ ਹੈ ਮੇਰਾ ਖਿਆਲ 50 ਮਿੰਟ ਤੇ, ਮੈਂ ਕਹਣਾ ਇਹਨੂੰ ਆਪਾਂ ਲਾ ਦੇ ਸਰ ਤਸਵੀਰ 2-3 ਦੀ ਹੈ ਜੀ। ਹਾਂ ਇਹ ਬੜੀ ਗੱਲ ਹੈ ਉਸਤਾਦ ਜੀ, ਅੱਗੇ ਪਿੱਛੇ ਆਤਾ ਚੈੱਕ ਕਰ ਅੱਗੋ ਪਿੱਛੋਂ ਆ ਗਏ ਜੀ। ਰੱਖੋ ਰੱਖੋ ਡੇਗੜੀ ਉੱਤੇ ਰੱਖੋ। ਯਾਸੀਨ ਉਰੇ ਆ ਯਾਰ, ਪਹਿਲੇ ਆ ਬੰਦ ਕਰ ਦੇ ਇੱਕ ਵਾਰੀ ਕੈਮਰਾ, ਹੈ ਨਾ, ਰੋਕਣੀ ਉਹ ਕੱਟ, ਰੋਕਣੀ ਉਹ ਕੱਟਣੀ ਨਹੀਂ, ਠੀਕ ਹੈ ਨਾ। ਓਕੇ ਯਾਰ ਸਾਈਡ ਤੋਂ ਮੈਂ ਨਹੀਂ ਇੱਥੇ ਤੁਖ ਬੈ ਫਿਰ ਮੈਨੂੰ ਯਾਰ ਇਹ ਡਰੇ ਪਈ ਉਹ ਨਾ ਉਸੇ ਨਾਲ ਹੀ ਕਰ ਨਾ, ਮੈਨੂੰ ਦੱਸ ਨਾ ਤੂੰ ਚੱਲਣਾ। ਹੁਣ ਥੋੜ੍ਹਾ ਜਿਹਾ ਰੇਪੋ ਬਣਾ ਲਓ। ਨਹੀਂ ਨਹੀਂ ਲੱਗਿਆ ਰਹਿਣ ਦੇ ਇੱਕ ਵਾਰੀ ਯਾਰ, ਇਹ ਤਾਂ ਆਪਾਂ ਤੇਜ਼ ਹੀ ਕਰਨੀ ਥੋੜ੍ਹੀ ਜਿਹੀ, ਠੀਕ ਹੈ। ਛੜਿਆ ਦੀ ਅੱਗ ਨਾ ਬੰਨੇ ਪੱਕਣ ਪਰ ਸਾਡੇ ਚ ਛੜਾ ਯਾਸੀ ਨਹੀਂ ਹੈ, ਬਾਕੀ ਸਾਰੇ ਵਿਆਹ ਬਾਰੇ ਹੀ ਹੈ। ਹਾਂ ਉਹ ਨਾ ਤਾਂ ਕਰੋ ਸਾਨੂੰ ਲਿੱਤਰ ਪੈਣ ਕੇ ਚਮਚੀ ਹੈਗੀ ਬਈ ਯਾਸੀ, ਚਮਚੀ ਲਿਆ ਯਾਰ, ਬੈਗ ਹੀ ਲਿਆ। ਨਹੀਂ ਨਹੀਂ ਕਿੰਨੇ ਹੀ ਬਰਤਨ ਹੈਗੇ ਨੇ, ਨਾਲ ਟਮਾਟਰ ਬਸ ਆਈ ਸੀ ਬੜਾ ਚੱਲਾ ਗਿਆ। ਪਾਣੀ ਇੱਧਰ ਕਿੰਨਾ ਕਿੱਧਰ ਕੀਤਾ ਜੀ,
बाद इस तरह ही थोड़ी माड़ी मोटी अग बलती है, बाकी घर आने चाह नहीं आते। ओके तो बंदे भी ना पै जाए। जनाब साढ़े को मिसाले ने आए थे जो कि भाई अली ने स्पेशल डब्बिया रखी हुई ने ब्लॉगिंग करने वास्ते लेके जाई दी ने साथ ऑनलाइन डब हां ट्राई नहीं की थी दा ऐसा बंदा ही टिकर मैंने सब्सक्राइब नहीं किया कितने कितने ने ते जेड़े वीर भरा साढ़े चैनल ते नवे ने ते लिहाजा साढ़े चैनल नू सबसक्राइब कर दियो ताकि हर नवी आवन वाली वीडियो सब तो पहले तुहाडे तक पहुँच सके। ते हुणे ते सारे नवे ही भरा ने यार नवा नवा चैनल बनाया ते सारे वीरां नू चाहिए कि तुन के सपोर्ट कर दियो। उधर भी कह रहे माड़ा यार नहीं कह दे मैं इधर लग्या बैठा जनाब ये साढ़ा नवा चैनल है ते जिहड़े जिहड़े वीडियो नवे भरा वेख रहे ने उन्हां नू चाहिए कि थोड़ा जिहा जोर ला के कुछ भी नहीं जाना सबसक्राइब कर दिओ ताकि साडी हर आवन वाली नवी वीडियो तुहाडे तक पहुँच सके। बड़ी मेहरबानी। सही मसाले पान लगे ने मेरी अखा भी पानी आ गया तो दा अग बाल बाल के रह गया मैं साजी मसाला पाओ बैलेंस नहीं है तेरे को होना बड़ी सारी मैं इतने आके जाना सारी मैं नहीं सही है अलग क्या रहें दे चमची कितने हल्दी हल्दी आ गई नमक आ गया ओहो कालिया मिर्चा आ गया सबज मिर्चा आ गया ओह लाल मिर्चा गरम मसाला आ गया जेड़ा बंगला है ना किथे इस जगह ते असी बैठे हैं साढ़े जमण तो पहले था मैं कहना साढ़े पाकिस्तान बढ़न तो पहले था दरिया डिंग तहसील आरफ वाले दे विच मौजूद है तहसील तहसील आरफ वाले दे लोगों नू बहुत घट पता है कम से कम
10% ਲੋਕਾਂ ਨੂੰ ਪਤਾ ਹੈ। ਪਹਿਲੇ ਅਸੀਂ ਨਵੇਂ ਚੈਨਲ ਤੋਂ ਇੱਥੋਂ ਦੀ ਅਸੀਂ ਵੀਡੀਓ ਬਣਾਈ ਹੈ, ਮਾਸ਼ਾਅੱਲਾ ਅੱਛੇ ਵਿਊ ਆਏ ਨੇ ਉਹਦੇ ਉੱਤੇ। ਬਾਕੀ ਪਹਿਲਾ ਚੈਨਲ ਤਾਂ ਸਾਡਾ ਬੰਦ ਹੋ ਗਿਆ ਸੀ, ਉਹ ਅਸੀਂ ਸਾਲ ਪਹਿਲੇ ਅਪਲੋਡ ਕੀਤੀ ਸੀ ਇੱਥੋਂ ਬਣਾ ਕੇ। ਬਾਕੀ ਇਨਸ਼ਾਅੱਲਾ ਉਮੀਦ ਹੈ ਕਿ ਇਸ ਵੀਡੀਓ 'ਤੇ ਵੀ ਸਾਡੇ ਅੱਛੇ ਵਿਊ ਆਉਣਗੇ। ਦਰਿਆ ਡੇਂਗੇ 1926 ਦੇ ਵਿੱਚ ਬਣਿਆ, ਅੰਗਰੇਜ਼ਾਂ ਦੇ ਦੌਰ ਦਾ। ਹਾਂਜੀ, ਕਾਲੀ ਮਿਰਚਾਂ ਪਾ ਤੀ ਆ। ਕਮ ਸੇ ਕਮ ਇੰਡੀਆ 4-5 ਬਿਲਡਿੰਗਾਂ ਹੈਗੀਆਂ ਨੇ। ਇਨਸ਼ਾਅੱਲਾ ਤੁਹਾਨੂੰ ਥੋੜ੍ਹਾ ਥੋੜ੍ਹਾ ਵਿਊ ਅਗਰ ਟਾਈਮ ਮਿਲਿਆ ਤਾਂ ਇਨਸ਼ਾਅੱਲਾ ਉਹਦਾ ਵੀ ਤੁਹਾਨੂੰ ਚੈੱਕ ਕਰਾਵਾਂਗੇ ਵਿਊ, ਉਹਨਾਂ ਦਾ ਵੀ ਅੱਛਾ ਵਿਊ। ਇੱਥੇ 1926 ਦੀ ਇੱਕ ਛੋਟੀ ਜਿਹੀ ਮਸਜਿਦ ਵੀ ਹੈਗੀ, ਇਨਸ਼ਾਅੱਲਾ ਮਗਰਬ ਦੀ ਨਮਾਜ਼ ਅਸੀਂ ਉੱਥੇ ਅਦਾ ਕਰਾਂਗੇ, ਸਾਡੇ ਨਾਲ ਹੀ ਹੈਗੀ ਇਨਸ਼ਾਅੱਲਾ। ਥੋੜ੍ਹਾ ਜਿਹਾ ਪਾਣੀ ਪਾਈਏ। ਜਿਹੜੀ ਵੀਡੀਓ ਬਣਾਉਣ ਦਾ ਮਕਸਦ ਸੀ ਆ ਸਿਰਫ ਸਾਡੇ ਭਾਈ ਅਦੀਲ ਸਾਹਿਬ ਦਾ ਸੀ, ਕਿ ਇਹਨਾਂ ਨੇ ਕਿਹਾ ਸੀ ਕਿ ਆਪਾਂ ਇਨਸ਼ਾਅੱਲਾ ਇਸ ਮੌਜੂ 'ਤੇ ਵੀਡੀਓ ਬਣਾਉਣੀ। ਅਸੀਂ ਕਿਹਾ ਚਲੋ ਇਨਸ਼ਾਅੱਲਾ ਬਣਾ ਲੈਂਦੇ, ਕੋਈ ਮਸਲਾ ਨਹੀਂ ਹੈਗਾ। ਬਾਕੀ ਅਦੀਲ ਸਾਹਿਬ ਅਸੀਂ ਤਾਂ ਆਉਣਾ ਸੀ 11-12 ਵਜੇ, ਅਸੀਂ ਲੇਟ ਹੋ ਗਿਆ ਅਤੇ ਅਦੀਲ ਭਾਈ ਕੰਮ ਚਲੇ ਗਿਆ ਸੀ ਕਿਸੇ ਪਾਸੇ। ਅਦੀਲ ਭਾਈ ਗੋਸ਼ਤ ਲੈਣੇ ਜਾ ਰਹੇ ਹਾਂ, ਇਨਸ਼ਾਅੱਲਾ ਅੰਦਰ ਡਾਲਦੇ ਹਾਂ, ਮਸਾਲਾ ਬਿਲਕੁਲ ਤਿਆਰ ਹੋ ਚੁੱਕਾ ਜਨਾਬ ਜੀ। ਗੋਸ਼ਤ ਆ ਚੁੱਕਾ ਹੈ ਜੀ, ਅਬ ਹਮ ਕੜਾਹੀ ਮੇਂ ਡਾਲਨੇ ਲਗੇ ਹੈ। ਅਗਲੀ ਸ਼ਹਿਰ ਤੇ ਲੱਕੜ ਲਾ ਕੜਾਹੀ ਤਾਂ ਸਾਨੂੰ ਮਿਲੀ ਨਹੀਂ, ਬੇਚਕੀ ਮਿਲੀ ਹੈ ਆਹੀ ਸਾਡੇ ਵਾਸਤੇ ਕੜਾਹੀ ਹੈ। ਤੇ ਜਿਹੜੇ ਜਿਹੜੇ ਵੀਰ ਮਤਲਬ ਕਿ ਸਰਾਇਕੀ ਹੋ ਗਏ, ਜੰਗ ਤੂੰ ਹੋ ਗਏ, ਕਰਾਚੀ ਤੂੰ ਹੋ ਗਏ, ਜਾਂ ਜਿਹੜੇ ਦੋਸਤ ਬਾਹਰਲੇ ਮੁਲਕ ਦੇ ਵਿੱਚੋਂ ਰਿਲੇਟਿਡ ਹੈਗੇ ਨੇ, ਉਹ ਸਾਨੂੰ ਦੱਸਣ ਵੀ ਉਹ ਆਪਣੀ ਜ਼ੁਬਾਨ ਦੇ ਵਿੱਚ ਇਹਨੂੰ ਕੀ ਬੁਲਾਉਂਦੇ ਨੇ, ਕਮੈਂਟ 'ਚ ਜ਼ਰੂਰ ਦੱਸਿਆ ਜੇ ਮਿਹਰਬਾਨੀ, ਨਵਾਜ਼ਿਸ਼। ਸਟੋਪ ਕਰ ਦੇ, ਪਤਾ ਹੀ ਹੈ ਨਾ। ਜੈਸਾ ਕਿ ਆਪਕੋ ਬਤਾਇਆ ਥਾ ਯੇ ਬਹੁਤ ਹੀ ਪੁਰਾਣਾ ਬੰਗਲਾ ਹੈ, 1926 ਕਾ ਜੋ ਇਸਕੀ ਬੁਨਿਆਦ ਰੱਖੀ ਗਈ ਥੀ ਅੰਗਰੇਜ਼ੋਂ ਕੇ ਦੌਰ ਮੇਂ, ਅੰਗਰੇਜ਼ੋਂ ਨੇ ਖੁਦ ਬਣਾਇਆ ਥਾ 1926 ਕੇ ਦੌਰ ਮੇਂ, ਆਪਕੋ ਦਿਖਾਤੇ ਹੈ। ਤੋ ਆਪਕੋ ਇਸਕੀ ਸਾਈਟ ਕਾ ਵੀ ਵਿਜ਼ਿਟ ਕਰਵਾਤੇ ਆਓ। ਦਿਖਨੇ ਮੇਂ ਯਕੀਨ ਕਰੇਂ ਐਸੇ ਲਗਤਾ ਹੈ ਜੈਸੇ ਕੋਈ ਬੰਦਾ ਬਾਹਰ ਆ ਜਾਤਾ ਹੈ, ਬਿਲਕੁਲ ਬਹੁਤ ਹੀ ਅੱਛੀ ਇਹਨੇ ਸਫਾਈ ਵਗੈਰਾ ਕੀ ਹੋਤੀ ਹੈ। ਯੇ ਦਿਨ ਕੋ ਇਧਰ ਰੈਸਟ ਹਾਊਸ ਯਾਨੀ ਇਸਕੋ ਆਰਮ ਵਾਲਾ ਕਾ ਰੈਸਟ ਹਾਊਸ ਵੀ ਕਹਤੇ ਹੈ। ਤੋ ਇਸਕਾ ਬੈਕਗ੍ਰਾਉਂਡ ਇਲਾਕਾ ਆਪ ਸਾਥ ਹੀ ਦਿਖਾਤੇ ਚਲਤੇ ਆਏ ਨੇ। ਤੋ ਸਾਥ ਹੀ ਗਾਓ ਕੇ ਇਸਕੇ ਬਗਲੇ ਕੇ ਸਾਥ ਹੀ ਇਨ ਜੋ ਮਜ਼ਦੂਰ ਇਧਰ ਲਗੇ ਹੋਤੇ ਹੈ, ਜਿਨਕੀ ਇਧਰ ਮੁਲਾਜ਼ਮਤ ਹੋਤੀ ਹੈ, ਵੋ ਵੀ ਭਾਈ ਆਇਆ ਥਾ ਤਕਰੀਬਨ ਉਸਕੇ ਤਕਰੀਬਨ 30 ਸਾਲ ਸੇ ਇਧਰ ਨੌਕਰੀ ਵਗੈਰਾ ਕਰ ਰਹੇ ਹੈ। ਤੋ ਸਾਥ ਹੀ ਉਨਕਾ ਯਾਨੀ ਘਰ ਵੀ ਹੈ ਅੱਛੇ, ਜੋ ਡੇਰਾ ਬੋਲਤੇ ਹੈ, ਬਹੁਤ ਅੱਛਾ ਵਿਊ ਇਨਕੀ ਤਰਫ ਸੇ ਆਤਾ ਹੈ। ਤੋ ਆਏ ਆਪਕੋ ਇਨਕੀ ਜੋ ਉੱਪਰ ਸੀੜੀਆਂ ਵੀ ਜਾਤੀ ਹੈ ਉਸਕਾ ਵੀ ਵਿਊ ਦਿਖਾਤੇ ਆਪਕੋ। ये ऊपर चढ़ने के लिए सीढ़ियाँ तकरीबन 2 फुट का शिकार है, काफ़ी पुरानी जो है, इस वजह से कांटे वगैरह रखे हुए हैं ऊपर चढ़ने से, यानी रोका गया है। तो फिलहाल विज़िट करवाते हैं इसके 3-4 जो है ना
मकाम है, ये एक है, एक ये साथ है, इसको दिखाते हैं। एक इसके बिल्कुल पीछे है तकरीबन, काफ़ी थोड़ा सा सफ़र है, ये भी उसका भी यही हिस्सा है उसका भी। तो इनके एक मस्जिद भी है, बहुत ही खूबसूरत है, वो भी आपको दिखाते हैं। ये साथ ही छोटी सी मस्जिद है, शायद आपको नज़र आए। इसके ये भी कहते हैं कि ये 1926 कहते हैं कि 1926 के साथ ही अंग्रेज़ों की दौर किया, वो भी शायद उस वक्त कोई मुसलमान हो, जो भी हो, उधर उनकी उनकी बनाई गई है मस्जिद। आगे ब्रेक ला दो। मैं इधर बैठूं, इधर आ जा यार, फिर क्या छत आ रही है। जे तुसी खा लीए तो फिर ठीक है, जे नहीं खाती तो आ जाओ। अदील भाई ने माशाल्लाह बहुत अच्छी कुकिंग की है, साथ मेरा भी थोड़ा सा हाथ था कुकिंग बनाने में, तो माशाल्लाह रोटियां, माशाल्लाह रोटियां चार उसे करेंगे, नहीं चार करो। कहते हैं कि चार हिस्से करने में शैतान दूर हो जाता है रोटी से, जब रोटी के चार हिस्से करते हैं ना तो शैतान दूर हो जाता है रोटी खाने से हमसे, शैतान अभी फिलहाल। जब खा लीजिए तो ठीक है, नहीं तो फिर आ जाओ। हाँ जी, हम स्टार्ट करने लगे हैं। क्या बात है, यार तू की बहन सा तेरी मेहरबानी साडे भी दे नाल की हां हड्डियां दूते अपलोड करनी है। हम अपनी वीडियो देखते हैं कि छत्ती होते हैं तो मुझे भी नहीं पता कि अभी उनका चैनल है कि उन्हें यकीन कर को नहीं पता। दरिया जाके काम करेंगे किनारे तो बैठ अपना
शाम दे बैठा थोड़ी देर नहीं सही आ रहा है जोर टाइम बंदा जावे ना जोर ही बड़ी खुशी चाची सिर्फ चाची बाकी साढ़े बरात ले आते गए थे वो बंदा भी परेशान भैया यात्रा मान की अगले बंदे थे हाँ बहुत था परेशानी आ जाती है यात्रा में लैंड लगी हो आना तो इन्हें भी जाने की जरूरत क्यों नहीं यासीन जेड़ा साढ़े ना आंदा है ना वो ये नहीं कैसे उन्होंने गलत आता तेरा ने साढ़े सिर्फ है कुछ है आदि काम दी घर नल बाहर आया वरना वारा सी कभी नहीं गया आ सालन जा रही है लेने लेने तो इस काम का रहा बड़ी बात ही आ रहा काम ਆਪ ਲਾਈ ਕੱਟੀ ਨਾ ਇਹਦੇ ਵਾਲੀ ਇਹਨੂੰ ਮੇਰੀ ਚੱਲੀ ਰਹਿਣੀ